ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ। ਤਾਂ ਟਾਈਮ ਬਹੁਤ ਜ਼ਿਆਦਾ ਹੈ। ਮੈਂ ਜੇ ਦੂਜੀਆਂ ਪਾਰਟੀਆਂ ਦੇ ਬਾਰੇ, ਉਹਨਾਂ ਦੇ ਇਲੈਕਟਰਾਂ ਬਾਰੇ, ਉਹਨਾਂ ਦੀ ਮੈਂ ਵਾਅਦਾ ਖਿਲਾਫੀ ਬਾਰੇ ਜੋ ਤੁਹਾਡੇ ਨਾਲ ਗੱਲ ਕਰਾਂ ਤਾਂ ਬੜਾ ਟਾਈਮ ਲੱਗ ਜਾਊਗਾ। ਹਮੇਸ਼ਾ ਤੁਹਾਡੇ ਬੱਚੇ ਲੈ ਕੇ, ਤੁਹਾਡਾ ਪੁੱਤ ਬਣ ਕੇ, ਤੁਹਾਡਾ ਭਰਾ ਬਣ ਕੇ, ਜੋ ਵੀ ਇੱਥੋਂ ਦੀਆਂ ਸਮੱਸਿਆਵਾਂ ਨੇ ਉਹਨੂੰ ਇਮਾਨਦਾਰੀ ਨਾਲ ਲਗਾਉਣ ਦੀ ਕੋਸ਼ਿਸ਼ ਕਰੂੰਗਾ। ਮੈਂ ਤੁਹਾਨੂੰ ਜੋ ਤੁਸੀਂ ਭਰੋਸਾ ਕਰ ਰਹੇ ਹੋ ਇਸ ਜ਼ਿਮਨੀ ਚੋਣ ਲਈ ਆਪਣਾ ਵੀਰ ਬਾਬਾ ਰਾਜ ਤੁਹਾਡੇ ਵਿੱਚ ਭੇਜਿਆ। ਅੱਜ ਮੈਂ ਤੁਹਾਡਾ, ਬਜ਼ੁਰਗਾਂ ਦਾ, ਆਪਣੀਆਂ ਮਾਵਾਂ ਦਾ, ਆਪਣੀਆਂ ਭੈਣਾਂ ਦਾ ਆਸ਼ੀਰਵਾਦ ਲੈਣ ਵਾਸਤੇ ਆਇਆ, ਤੁਹਾਡੀਆਂ ਦੁਆਵਾਂ ਲੈਣ ਵਾਸਤੇ ਆਇਆ, ਤੁਹਾਡਾ ਸਪੋਰਟ ਕਰਨ ਵਾਸਤੇ ਆਇਆ, ਤੁਹਾਡਾ ਸਹਿਯੋਗ ਕਰਨ ਵਾਸਤੇ ਆਇਆ। ਲੋਕ ਉਮੀਦਵਾਰ ਨੂੰ ਸਰਦਾਰ ਪ੍ਰਦੀਪ ਸਿੰਘ ਕਾਟ ਲੋ ਜਿੰਦਾਬਾਦ, ਸਰਦਾਰ ਕਾਟ ਲੋ ਜਿੰਦਾਬਾਦ, ਸਰਦਾਰ ਚਰਨ ਸਿੰਘ ਚੰਨੀ ਜੀ ਜਿੰਦਾਬਾਦ। ਆਪਣੇ ਮੋਢਿਆਂ ਤੇ ਰੱਖ ਕੇ ਮੇਰੀ ਮਿਹਨਤ ਦੀ ਅਗਵਾਈ ਕਰੋ। ਜੇਕਰ ਤੁਸੀਂ ਜਿਸ ਜੋਸ਼ ਨਾਲ ਇੱਥੇ ਸਵਾਲ ਕੀਤਾ ਸਾਡੇ ਸਾਬਕਾ ਮੁੱਖ ਮੰਤਰੀ ਜਗਜੀਤ ਸਿੰਘ ਚੰਨੀ ਦਾ, ਜਿਹਨਾਂ ਤੁਸੀਂ ਇੱਥੇ ਪਿਆਰ ਦਿੱਤਾ, ਜਿਹਨਾਂ ਤੁਹਾਡੇ ਵਿੱਚ ਜੋਸ਼ ਸੀ, ਜੇ ਜੋ ਆਏ ਸੀ, ਅਸੀਂ ਵੱਡੀ ਗੀਤ ਸਾਡੇ ਪਕੌੜ ਪਾਰਟੀ ਤੁਹਾਡੀ ਵਿੱਚ ਪਾਵਾਂਗੇ। ਮੈਂ ਤੁਹਾਨੂੰ ਬੇਨਤੀ ਕਰਦਾ, ਚਾਹੇ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ, ਪਰ ਇਹ ਜਿਹੜੇ 10 ਦਿਨ ਨੇ, ਮੈਂ ਤੁਹਾਨੂੰ ਬੇਨਤੀ ਕਰਦਾ 10 ਦਿਨ ਤੁਸੀਂ ਪਾਰਟੀ ਲਈ, ਮੇਰੇ ਲਈ, ਆਪਣੇ ਰਝੇਵੇਂ ਛੱਡ ਕੇ ਮੇਰੀ ਮਿਹਨਤ ਭੈਣ ਗੁਰਸ਼ਰਨ ਕੌਰ ਜੀ, ਤੁਹਾਡੇ MC ਜਸਮੇਲ ਸਿੰਘ ਜੀ, ਧੰਨਵਾਦ ਹੈ। ਬੜੇ ਜੋਸ਼ ਦੇ ਨਾਲ ਤੁਸੀਂ ਸਾਡਾ ਸਵਾਗਤ ਕੀਤਾ, ਬੜੇ ਜੋਸ਼ ਦੇ ਨਾਲ ਲੋਕ ਇਕੱਠੇ ਹੋ ਕੇ ਇੱਥੇ ਆਏ ਹੈ। ਅੱਜ ਮੈਂ ਚੋਣ ਮੁਹਿੰਮ 'ਚ ਸਵੇਰ ਦਾ ਘੁੰਮ ਰਿਹਾ, ਬਹੁਤ ਉਤਸ਼ਾਹ ਤੇ ਜੋਸ਼ ਲੋਕਾਂ ਦਾ ਦੇਖਣ ਨੂੰ ਮਿਲ ਰਿਹਾ। ਮੈਂ ਜਿੱਥੇ ਵੀ ਜਾਂਦਾ ਬਹੁਤ ਲੋਕ ਆਉਂਦੇ, ਬਹੁਤ ਧੱਕਾ, ਮਤਲਬ ਜੋਸ਼ ਹੈ ਲੋਕਾਂ ਦੇ ਵਿੱਚ, ਇੰਨਾ ਫਤਲ ਹੈ ਉਹਨਾਂ ਦੇ ਹਾਰਡ ਵੀ ਦਿਓ ਮੋਟਾ ਵੀ ਨਹੀਂ ਪਾਉਂਦੇ। ਦੇਖੋ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ, ਚੰਨੀ ਸਾਹਿਬ ਨੂੰ ਲੈ ਕੇ ਵੀ ਬਹੁਤ ਜਿਹੜੇ ਲੋਕ ਪਿਆਰ ਕਰਦੇ ਆ। ਤੁਸੀਂ ਅੱਜ ਮੇਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੇਖੋ, ਬਹੁਤ ਸਾਰੇ ਪੱਤਰਕਾਰ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਆ। ਜਿਹੜਾ ਮੁਕਾਬਲਾ, ਜਿਵੇਂ ਚੰਨੀ ਸਾਹਿਬ ਨੇ ਤੁਹਾਨੂੰ ਕਿਹਾ ਵੀ ਇਹ ਕਾਂਗਰਸ ਦੇ ਹੱਕ ਦੇ ਵਿੱਚ ਇੱਕ ਤਰਫਾ ਹੋਣ ਜਾ ਰਿਹਾ, ਅਤੇ ਜਿਹੜਾ ਤੁਹਾਨੂੰ ਅੱਜ ਦੱਸੀ ਦਾ, ਜਿੱਥੇ ਵੀ ਤੁਸੀਂ ਅਸੀਂ ਜਾਂਦੇ ਹਾਂ, ਲੋਕਾਂ ਨੇ ਬਹੁਤ ਉਤਸ਼ਾਹ ਸੀ, ਬਹੁਤ ਪਿਆਰ ਸੀਗਾ, ਅਤੇ ਜਿਨ੍ਹਾਂ ਨੇ ਇੱਥੋਂ ਜਿਹੜਾ ਸਾਡੇ ਕਾਂਗਰਸ ਪਾਰਟੀ ਦੀ ਪੂਰੀ ਟੀਮ, ਇੱਥੋਂ ਦੇ ਪੂਰੇ ਆਵਾਮ ਹੈ, ਉਹਨਾਂ ਨੇ ਸਾਡੀ ਮੁਹਿੰਮ ਨੂੰ ਆਪਣੇ ਮੋਢਿਆਂ 'ਤੇ ਰੱਖ ਕੇ ਉਹਦੀ ਅਗਵਾਈ ਕਰਨ ਲੱਗੇ। ਅੱਜ ਮੈਂ ਬਰਨਾਲੇ ਦੇ ਵਿੱਚ ਆਇਆ ਅਤੇ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਦੇਖਿਆ ਮੈਂ। ਲੋਕ ਕਾਂਗਰਸ ਦੀਆਂ ਕਾਲੇ ਢਿੱਲੋ ਦੀਆਂ ਪ੍ਰੋਗਰਾਮਾਂ 'ਚ ਇਸ ਤਰ੍ਹਾਂ ਆ ਰਹੇ ਜਿਸ ਤਰ੍ਹਾਂ ਵਿਆਹ ਜਾ ਰਹੇ ਹੁੰਦੇ, ਅਤੇ ਮੈਂ ਇਹ ਵੀ ਦੇਖਿਆ, ਪਤਾ ਕਰਿਆ, ਆਮ ਆਦਮੀ ਪਾਰਟੀ ਵਾਲਿਆਂ ਦੇ ਐਂ ਜਾ ਰਹੇ ਜਿਸ ਤਰ੍ਹਾਂ ਭੂਖ ਪਰ ਜਾ ਰਹੇ ਹੁੰਦੇ, ਤਾਂ ਇਹਨਾਂ ਦਾ ਬਿਸਤਰਾ ਗੋਲ ਹੋਣ ਜਾ ਰਿਹਾ। ਆਮ ਆਦਮੀ ਪਾਰਟੀ ਨੂੰ ਲੋਕ ਮੂੰਹ ਨਹੀਂ ਲਗਾ ਰਹੇ, ਲੋਕ ਅੱਕ ਚੁੱਕੇ ਆ, ਲੋਕ ਥੱਕ ਚੁੱਕੇ ਆ। ਕਾਂਗਰਸ ਪਾਰਟੀ ਦੇ ਟਾਈਮ ਦੇ ਵਿੱਚ ਲੋਕਾਂ ਨੂੰ ਇਨਸਾਫ ਮਿਲਦਾ ਸੀ, ਅੱਜ ਸ਼ਹਿਰਾਂ ਦੇ ਵਿੱਚ ਹਾਲਾਤ ਇਹ ਬਣੇ ਹੋਏ ਆ ਕਿ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ, ਐਕਸਟੋਰਸ਼ਨ ਦੇ ਕੇਸ ਚੱਲ ਰਹੇ, ਹਰ ਵਪਾਰੀ ਤੋਂ ਪੈਸੇ ਬਟੋਰੇ ਜਾ ਰਹੇ ਆ, ਠੱਗੀਆਂ ਹੋ ਰਹੀਆਂ, ਅਤੇ ਪੁਲਿਸ ਸੁਣਵਾਈ ਕੋਈ ਨਹੀਂ ਕਰ ਰਹੀ। ਨਸ਼ਿਆਂ ਦੀ ਭਰਮਾਰ ਹੈ, ਹਰ ਗਲੀ ਦੇ ਵਿੱਚ ਨਸ਼ਾ ਵਿਕ ਰਿਹਾ, ਅਤੇ ਸਰਕਾਰ ਉਹਦੇ ਬਾਰੇ ਕੁਛ ਨਹੀਂ ਸੋਚ ਰਹੀ। ਲੋਕ ਅੱਜ ਸਰਕਾਰ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਆ।
ਜਿਹੜਾ ਬਿੱਟੂ ਹੈ ਉਹ ਪਤਾ ਨਹੀਂ ਕਿਹੜੇ ਟਾਈਮ ਕਿਹੜੇ ਚੈਨਲ ਤੋਂ ਕਿਆ ਬੋਲ ਰਹੇ। ਮੈਂ ਤੁਹਾਨੂੰ ਦੱਸਦਾ, ਕੱਲ੍ਹ ਉਹਦਾ ਬਿਆਨ ਆ ਗਿਆ ਕਿ ਜੀ ਮੈਂ ਮੁੱਖ ਮੰਤਰੀ ਬਣਨਾ। ਨੀ ਟੂ ਸ਼ਟਰਾਂ ਵਾਲਾ ਮੁੱਖ ਮੰਤਰੀ ਬਣ ਸਕਦਾ, ਲੇਕਿਨ ਇਹਦਾ ਮੁੱਢ ਨਹੀਂ ਬਣਨ ਹੋਣਾ। ਤੁਸੀਂ ਯਾਦ ਰੱਖਿਓ ਮੇਰੀ ਗੱਲ, ਕਿਸੇ ਸਿਆਣੇ ਬੰਦੇ ਦੀ ਗੱਲ ਕਰ ਲਓ, ਬਿੱਟੂ 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 ਕਿਆ ਯਾਰ ਬਿੱਟੂ, ਲੋਕਾਂ ਨੇ ਹਰਾ ਕੇ ਭੇਜਤਾ ਉਸੇ ਦੇ। ਇਹ ਤੁਸੀਂ ਛੱਡੋ, ਹੋਰ ਗੱਲ ਕਰੋ। ਆਮ ਆਦਮੀ ਪਾਰਟੀ ਵਾਲੇ ਕੁਛ ਬੰਦੇ ਮਿਲੇ, ਉਹ ਕਹਿੰਦੇ ਸਾਡਾ ਕਾਲੇ ਨਾਲ ਮੁਕਾਬਲਾ। ਫਿਰ ਮੈਨੂੰ ਉਹ ਬੀਜੇਪੀ ਵਾਲੇ ਢਿੱਲੋਂ ਦੇ ਬੰਦੇ ਮਿਲ ਗਏ, ਉਹ ਕਹਿੰਦੇ ਸਾਡੇ ਕਾਲੇ ਨਾਲ ਮੁਕਾਬਲਾ ਹੈ। ਇੱਕ ਆਜ਼ਾਦ ਉਮੀਦਵਾਰ ਹੈ, ਉਹ ਕਹਿੰਦਾ ਮੇਰਾ ਕਾਲੇ ਨਾਲ ਮੁਕਾਬਲਾ ਹੈ। ਕਾਲੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਹੈ, ਕਾਲਾ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਰਿਹਾ, ਕਾਲੇ ਦਾ ਕੋਈ ਮੁਕਾਬਲਾ ਨਹੀਂ।